ਅਜੋਕੇ ਸਮੇਂ ਵਿੱਚ ਜਦੋਂ ਸਾਧੂਆਂ ਸੰਤਾਂ ਦੇ ਜੀਵਨ ਵੇਖਦੇ ਹਾਂ ਤੇ ਸਭ ਤੋਂ ਸਿਰਮੌਰ ਹਸਤੀ ਮੁੱਠੀ ਪਰ ਸਿੱਖਾਂ ਦੀ ਜਦੋਂ ਜਨਸੰਖਿਆ ਰਹਿ ਗਈ ਲੱਖਾਂ ਵਿੱਚ ਗਿਣਤੀ ਵਧਾਉਣ ਵਾਲੇ ਪਿੰਡਾਂ ਦੇ ਪਿੰਡ ਲੋਕਾਈ ਦੇ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਕੇ ਸਿੰਘ ਸਜਾ ਦੇਣੇ ਸੰਤ ਅਤਰ ਸਿੰਘ ਮਹਾਰਾਜ ਮਸਤੂਆਣੇ ਵਾਲੇ ਸਭ ਤੋਂ ਸਿਰਮੌਰ ਮਹਾਂਪੁਰਸ਼ ਇਉਂ ਸਮਝ ਲਓ ਸੰਤਾਂ ਵਿੱਚ ਅਵਤਾਰ ਗਿਣੇ ਗਏ ਮਹਾਤਮਾ ਜਿਨ੍ਹਾਂ ਨੂੰ ਸਿੱਖਾਂ ਨੇ ਤੇ ਮੰਨਿਆ ਹੈ। ਜਦੋਂ ਦਿੱਲੀ ਜਲੂਸ ਨਿਕਲੇ ਹਾਥੀ ਤੇ ਸਨ ਤੋ ਮਹਾਂਪੁਰਸ਼ ਹਾਥੀ ਤੋਂ ਉਤਰੇ ਤੇ ਮੁਸਲਮਾਨ ਹਸਤ ਚੁੰਮਦੇ ਨੇ, ਹਿੰਦੂ ਚਰਨ ਚੁੰਮਦੇ ਨੇ। ਤੋ ਹਿੰਦੂਆਂ ਇਹ ਤਰਕ ਸਾਧਿਆ ਵੀ ਤੁਸੀਂ ਇਹ ਮਹਾਂਪੁਰਸ਼ ਸਿੱਖ ਜਗਤ ਤੋਂ ਬਿਲੋਂਗ ਕਰਦੇ ਨੇ, ਹਸਤ ਕਿਉਂ ਚੁੰਮਦੇ ਹੋ? ਤੋ ਮੁਸਲਮਾਨਾਂ ਦਾ ਜਵਾਬ ਸੀ, ਇਹਨਾਂ ਦੇ ਹਸਤ ਰਹਿਬਰਾਂ ਵਰਗੀਆਂ ਰੇਖਾਵਾਂ ਨਾਲ ਸ਼ਰਸਾਰ ਨੇ। ਹਿੰਦੂਆਂ ਨੂੰ ਪੁੱਛਿਆ ਤੁਸੀਂ ਕਦਮ ਕਿਉਂ ਚੁੰਮਦੇ ਹੋ? ਕਹਿੰਦੇ ਅਵਤਾਰਾਂ ਵਰਗੀਆਂ ਰੇਖਾਵਾਂ ਨੇ ਇਹਨਾਂ ਦੇ ਚਰਨਾਂ ਵਿੱਚ। ਐਸੇ ਮਹਾਂਪੁਰਸ਼ ਐਵੇਂ ਮਨ ਕਾਬੂ ਨਹੀਂ ਆਇਆ। ਹਜ਼ਰੋ ਦੀਆਂ ਕਬਰਾਂ ਵਿੱਚ 7 ਸਾਲ ਬੰਦਗੀ ਕੀਤੀ ਹੈ ਉਸ ਮਹਾਤਮਾ ਨੇ। 7 ਸਾਲ ਕਬਰਾਂ ਨਹੀਂ ਛੱਡੀਆਂ। ਹਜ਼ਰੋ ਨੂੰ ਹਿੰਦੁਸਤਾਨ ਦਾ ਪੈਰਿਸ ਕਿਹਾ ਜਾਂਦਾ ਸੀ। ਅੱਜ ਕੱਲ੍ਹ ਇਹ ਸ਼ਹਿਰ ਪਾਕਿਸਤਾਨ ਵਿੱਚ ਹੈ, ਪੇਸ਼ਾਵਰ ਅਤੇ ਇਸਲਾਮਾਬਾਦ ਦੇ ਵਿਚਾਲੇ ਹੈ। ਕਬਰਾਂ ਵਿੱਚ ਬੈਠੇ ਅਕਾਲ ਪੁਰਖ ਨੂੰ, ਗੁਰੂ ਨਾਨਕ ਨੂੰ ਤਿਆਉਂਦੇ ਨੇ ਸੰਸਾਰ ਨੂੰ ਤਿਆਗ ਕੇ। ਉੱਥੋਂ ਦੇ ਲੋਕਾਂ ਨੇ ਸ਼ਰਾਰਤ ਕੀਤੀ ਹੈ, ਇੱਕ ਬੜੀ ਸੁੰਦਰ ਲੜਕੀ ਨੂੰ ਭੇਜਿਆ ਵੀ ਤੂੰ ਰਾਤ ਨੂੰ ਜਾਇਆ ਕਰ। ਔਰ ਪਰਖ ਇਸ ਸਾਧੂ ਨੂੰ ਵੀ ਵਾਕਿਆ ਹੀ ਇਹ ਮਹਾਂਪੁਰਸ਼ ਹੈ ਕਿ ਕੇਵਲ ਦਿਖਾਵਾ ਕਰਦਾ ਹੈ, ਇਹਦਾ ਮਨ ਕਾਬੂ ਵਿੱਚ ਹੈ ਕਿ ਨਹੀਂ। 7-8 ਦਿਨ ਲੜਕੀ ਰਾਤ ਨੂੰ ਕਬਰਾਂ ਵਿੱਚ ਜਾਂਦੀ ਹੈ ਤੋ ਅੰਮ੍ਰਿਤ ਵੇਲੇ ਸੂਰਜ ਉਦੇ ਹੋਣ ਤੋਂ ਪਹਿਲਾਂ ਵਾਪਸ ਘਰ ਚਲੇ ਜਾਂਦੀ ਹੈ। ਜਦੋਂ ਸੰਤ ਅਤਰ ਸਿੰਘ ਹੁਣਾਂ ਵੱਲ ਵੇਂਹਦੀ ਹੈ ਤੇ ਉਹ ਅੱਖਾਂ ਮੁੰਦ ਕੇ ਬੈਠੇ ਰਹਿੰਦੇ ਨੇ, ਉਹ ਨੇਤਰ ਨਹੀਂ ਖੋਲਦੇ। ਜਦੋਂ 8ਵਾਂ ਦਿਨ ਹੋਇਆ ਨਾ ਤਾਂ ਸੰਤ ਅਤਰ ਸਿੰਘ ਜੀ ਨੇ ਨੇਤਰ ਖੋਲੇ ਤੇ ਉਸ ਲੜਕੀ ਨੂੰ ਕਹਿੰਦੇ ਨੇ ਕੁੜੀਏ ਤੈਨੂੰ 8 ਦਿਨ ਹੋ ਗਏ ਇੱਥੇ ਆਉਂਦਿਆਂ, ਤੂੰ ਮੈਨੂੰ ਇਹ ਦੱਸ ਵੀ ਮੈਂ ਬੈਠਾ ਕਿੱਥੇ ਹਾਂ? ਤੇ ਉਹ ਲੜਕੀ ਕਹਿੰਦੀ ਮਹਾਰਾਜ ਤੁਸੀਂ ਕਬਰਾਂ ਵਿੱਚ ਬੈਠੇ ਹੋ, ਸੰਤ ਖਿੜਖਿੜਾ ਕੇ ਹੱਸ ਪਏ। ਕਹਿੰਦੇ ਫਿਰ ਬੱਚੀਏ ਇਹ ਦੱਸ ਵੀ ਕਬਰਾਂ ਵਿੱਚ ਰਹਿੰਦੇ ਕੌਣ ਨੇ? ਤੇ ਉਹ ਲੜਕੀ ਦਾ ਜਵਾਬ ਸੀ ਮਹਾਰਾਜ ਕਬਰਾਂ ਵਿੱਚ ਮੁਰਦੇ ਰਹਿੰਦੇ ਨੇ। ਤੇ ਸੰਤ ਰੌਂ ਵਿੱਚ ਆ ਕੇ ਆਖਣ ਲੱਗੇ ਫਿਰ ਭਲਕੇ ਨਾ ਆਈ, ਕਿਉਂਕਿ ਜਿਹੜਾ ਤੇਰਾ ਮਤਲਬ ਹੈ ਉਹ ਮੁਰਦਿਆਂ ਕੋਲੋਂ ਪੂਰਾ ਨਹੀਂ ਆਉਣਾ, ਤੇਰੇ ਮਨ ਦੀ ਵਾਸ਼ਨਾ ਮੁਰਦਾ ਨਹੀਂ ਮਿਟਾ ਸਕਦਾ।
ਉਸੇ ਵੇਲੇ ਹੀ ਮੈਲੀ ਭਾਵਨਾ ਤ੍ਰਿਮ ਭ੍ਰਿਮ ਹੋ ਗਈ, ਚਰਨਾਂ ਵਿੱਚ ਡਿੱਗ ਪਈ ਮਾਈ ਉਸ ਮਹਾਂਪੁਰਸ਼ ਦੇ, ਤੇ ਗਲੂਏ ਚੋਂ ਬੋਲ ਨਿਕਲੇ ਸਨ, ਲੋਕੋ ਇਹ ਅਸਾਧ ਨਹੀਂ ਹੈ, ਇਹ ਕੱਚ ਨਹੀਂ ਹੈ, ਇਹ ਸਾਧ ਹੈ, ਇਹ ਹੀਰਾ ਹੈ, ਜਿਹਦੇ ਇੰਦਰੇ ਕਾਬੂ ਵਿੱਚ ਨੇ, ਜਿਹਦਾ ਮਨ ਕਾਬੂ ਦੇ ਵਿੱਚ ਹੈ। ਮੁਸ਼ਕਤਾਂ ਘਾਲਣ ਤੋਂ ਬਿਨਾਂ, ਚੌਂਕੜਾ ਲਾਉਣ ਤੋਂ ਬਿਨਾਂ ਇਹ ਮਨ ਕਾਬੂ ਨਹੀਂ ਆਉਂਦਾ, ਔਰ ਕਰੋੜਾਂ ਚੋਂ ਕੋਈ ਵਿਰਲਾ ਹੁੰਦਾ ਹੈ। ਲਿਬਾਸ ਆਪਾਂ ਸਾਰੇ ਹੀ ਪਾ ਸਕਦੇ ਹਾਂ, ਅਦਬ ਹੈ ਬਾਣੇ ਦਾ, ਪਰ ਜੇ ਆਖੋ ਵੀ ਲਿਬਾਸ ਪਾ ਲਿਆ ਹੈ ਤੇ ਲਿਬਾਸ ਦੇ ਹੇਠਾਂ ਸੰਤ ਵਾਲੀ ਵਸਤਾ ਹੈ ਤੇ ਏਦਾਂ ਨਹੀਂ ਹੁੰਦਾ। ਨਾਨਕ, ਗੁਰੂ ਅਰਜਨ ਸਾਹਿਬ, ਤੁਸੀਂ ਇਹ ਦੱਸੋ ਵੀ ਕਿੰਨੇ ਕੁ ਸੰਤ ਨੇ ਦੁਨੀਆਂ ਤੇ, ਕੋਟਣ ਮਹਿ ਨਾਨਕ ਕਉ ਨਾਰਾਇਣ ਜਿਹੇ ਚੀਤ, ਕਰੋੜਾਂ ਚੋਂ ਕੋਈ ਵਿਰਲਾ ਹੁੰਦਾ ਹੈ ਜਿਹਦੇ ਇੰਦਰੇ ਕਾਬੂ ਵਿੱਚ, ਜਿਹਦਾ ਮਨ ਕਾਬੂ ਵਿੱਚ, ਵਾਸ਼ਨਾਵਾਂ ਜਿਹਦੀਆਂ ਕਾਬੂ ਵਿੱਚ, ਜਿਹਦੇ ਇੰਦਰੇ ਸੰਤੁਸ਼ਟ ਨੇ, ਜਿਹੜਾ ਡੋਲਦਾ ਨਹੀਂ ਹੈ, ਐਸਾ ਸੰਤ ਫਿਰ ਦੁਨੀਆਂ ਨੂੰ ਤਾਰਦਾ ਹੈ। ਕੁਝ ਵਿਦਵਾਨ ਕਹਿੰਦੇ ਨੇ ਸੰਤ ਲਫ਼ਜ਼ ਸੰਸਕ੍ਰਿਤ ਦੇ ਸਨ ਲਫ਼ਜ਼ ਦਾ ਬਹੁ ਵਚਨ ਹੈ, ਤੋ ਸਨ ਲਫ਼ਜ਼ ਸੱਤ ਦਾ ਪੁਲਿੰਗ ਹੈ, ਤੋ ਸੱਤ ਦਾ ਮਤਲਬ ਹੈ ਸ਼ੁੱਧ ਹੋਣ ਵਾਲਾ, ਸਦਾ ਰਹਿਣ ਵਾਲਾ। ਹੁਣ ਤੁਸੀਂ ਇੱਥੇ ਤਰਕ ਕਰ ਸਕਦੇ ਹੋ ਵੀ ਸਦਾ ਤੇ ਪਰਮਾਤਮਾ ਹੀ ਰਹਿੰਦਾ ਹੈ, ਹੋਰ ਸੰਤ ਨੇ ਸਾਖਤ ਨੇ ਸਭ ਮਿਟ ਜਾਂਦੇ ਨੇ, ਇੱਥੇ ਅਸੀਂ ਟਪਲਾ ਖਾ ਜਾਂਦੇ, ਭੁਲੇਖਾ ਖਾ ਜਾਂਦੇ ਹਾਂ, ਪਰਮਾਤਮਾ ਅਮਰ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਅਮਰ ਨੂੰ ਜਪਣ ਵਾਲਿਆਂ ਦਾ ਨਾਮ ਅਮਰ ਹੋ ਜਾਂਦਾ ਹੈ, ਸਰੀਰ ਰਵੇ ਜਾਂ ਨਾ ਰਵੇ। ਸਾਖਤ ਦਾ ਸਰੀਰ ਵੀ ਮਿਟ ਜਾਂਦਾ ਹੈ ਤੇ ਨਾਮ ਵੀ ਮਿਟ ਜਾਂਦਾ ਹੈ। ਮਹਾਂਪੁਰਸ਼ਾਂ ਦਾ ਸਰੀਰ ਮਿਟਦਾ ਹੈ, ਨਾਮ ਰਹਿ ਜਾਂਦਾ ਹੈ। ਕਦੇ ਪੜ੍ਹਿਓ ਬਾਣੀ ਨੂੰ ਧਿਆਨ ਨਾਲ, ਉਸ ਪੁਰਖ ਕਾ ਨਾਹੀਂ ਕਦੇ ਵਿਨਾਸ਼, ਜਾ ਕੈ ਮਨ ਪ੍ਰਗਟੇ ਗੁਣਤਾਸ। ਜਿਹਦੇ ਅੰਦਰ ਪਰਮਾਤਮਾ ਪ੍ਰਗਟ ਹੈ, ਉਸ ਮਹਾਂਪੁਰਸ਼ ਦਾ ਨਾਮ ਕਦੇ ਮਿਟਦਾ ਨਹੀਂ ਹੈ। ਹਿਸ ਨੇਮ ਨੈਵਰ ਡਾਇਜ਼। ਉਹਦਾ ਵਜੂਦ ਦੁਨੀਆਂ ਤੇ ਕਾਇਮ ਹੈ, ਉਹਦਾ ਨਾਮ ਦੁਨੀਆਂ ਤੇ ਪ੍ਰਗਟ ਰਹਿੰਦਾ ਹੈ। ਮਨ ਕਾਬੂ ਕਰਨ ਵਾਲਾ ਹੀ ਸੰਤ ਹੈ। ਕਾਬੂ ਸਵਾਸ ਸਵਾਸ ਨਾਮ ਜਪਿਆ ਆਉਂਦਾ ਹੈ, ਔਰ ਜੋ ਹਰ ਸਾਹ ਬੁਰਕੀ ਨਾਲ ਨਾਮ ਜਪੇ ਉਹਨੂੰ ਮਹਾਂਪੁਰਸ਼ ਸੰਤ ਕਿਹਾ ਜਾਂਦਾ ਹੈ। ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ ਧਨ ਸੇਈ ਨਾਨਕਾ ਪੂਰਨ ਸੋਈ। ਸੰਤ ਹਰ ਸਾਹ ਵਿੱਚ ਗੁਰੂ ਨਾਨਕ ਦਾ ਨਾਮ ਪ੍ਰਗਟ ਹੈ, ਜਿਹਦੇ ਪਰਮਾਤਮਾ ਨੂੰ ਜੋ ਹਰ ਬੁਰਕੀ ਨਾਲ ਜਪਦਾ ਹੈ, ਗਿਰਾਸ ਨਾਲ ਜਪਦਾ ਹੈ, ਜਿਹਦੇ ਗਲੂਏ ਵਿੱਚ ਇੱਕ ਨਾਮ ਦਾ ਹੀ ਮੰਤਰ ਹੈ, ਹੋਰ ਟੂਣੇ ਟੱਪਿਆਂ ਵਾਲੇ ਮੰਤਰ ਨਹੀਂ। ਅਗਰ ਕੋਈ ਹੈ ਜਿਹੜਾ ਸਵਾਸਾਂ ਨਾਲ ਬਾਣੀ ਪੜ੍ਹਦਾ ਹੈ, ਉਹਨੂੰ ਸੰਤ ਕਿਹਾ ਜਾ ਸਕਦਾ ਹੈ, ਔਰ ਪੂਰਨ ਸੰਤ ਹੈ, ਪੂਰਨ ਮਹਾਂਪੁਰਸ਼ ਹੈ। ਉਹਦੀ ਇਹ ਅਵਸਥਾ ਹੈ, ਉੱਠਦਿਆਂ ਬਹਿਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ,
ਜਨ ਨਾਨਕ ਗੁਰਮੁਖ ਹਰ ਲਹੀਐ। ਉਹ ਜਦੋਂ ਉੱਠਦਾ ਹੈ ਅੰਮ੍ਰਿਤ ਵੇਲੇ ਨਾਮ ਤੇ ਆਵੇਗਾ। ਜਦੋਂ ਕਿਧਰੇ ਟਿਕ ਗਿਆ, ਬੈਠ ਗਿਆ ਸਭਾ ਵਿੱਚ, ਮਜਲਸ ਵਿੱਚ, ਉਹਦੇ ਗਲਵੇ ਚੋਂ ਨਾਮ ਹੀ ਪ੍ਰਗਟ ਹੋਵੇਗਾ। ਦੁਨਿਆਵੀ ਬੋਲ ਬੋਲ ਕੇ ਸਮਾਂ ਨਹੀਂ ਜਾਈ ਗਵਾਉਂਦਾ ਉਹ।